दो तीन सवाल ने शुरू करिए, अगर तुसी रेडी हो करो तो। करो जी, करीबन करो साहब, सब तो पहले तो रिएक्शन की तुसी, मतलब इस घटना नूं देख के जिहड़ी घटना हुई है, उस तो बाद जिस तरह दे फोटोज वायरल होंगे उहदे ते रिएक्ट की करदे तुसी पहला? ਪਹਿਲੀ ਗੱਲ ਤਾਂ ਬੜੀ ਮੰਦਭਾਗੀ ਘਟਨਾ, ਲੋਕਤੰਤਰ ਦੇ ਕਲੰਕ ਆ। ਇਹਨਾਂ ਨੂੰ ਸਖਤੀ ਨਾਲ ਨਿਪਟਣਾ ਚਾਹੀਦਾ, ਜਾਂਚ ਬੜੀ ਸਖਤ ਤਰੀਕੇ ਨਾਲ ਹੋਣੀ ਚਾਹੀਦੀ ਆ, ਉਹਦੇ ਕਿਸੇ ਨੂੰ ਵੀ ਛੱਡਿਆ ਨਹੀਂ ਜਾਣਾ ਚਾਹੀਦਾ, ਇਹਦੇ ਪਿੱਛੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਣਾ ਚਾਹੀਦਾ, ਔਰ ਇਹਦੇ 'ਚ ਜਾਂਚ ਦੇ ਅੰਦਰ ਆਪਣਾ ਪਰਾਇਆ ਨਹੀਂ ਦੇਖਣਾ ਚਾਹੀਦਾ, ਔਰ ਜੀ ਕਿਸੇ ਨੂੰ ਮਤਲਬ ਸਿਆਸਤ ਤੋਂ ਪ੍ਰੇਰਿਤ ਜਾਂਚ ਨਹੀਂ ਹੋਣੀ ਚਾਹੀਦੀ। ਠੀਕ ਜਿਹੜੀ ਹੈ। ਜਾਂਚ ਆ ਉਹ, ਕਿਉਂਕਿ ਤੁਸੀਂ ਦੇਖਿਆ ਕਿ ਟੀਵੀ ਟੈਲੀਵਿਜ਼ਨ ਵਾਲਿਆਂ ਨੂੰ ਮੈਂ ਪੁੱਛਿਆ ਕਿ ਤੁਸੀਂ ਇਹ ਸਾਫ਼ ਤਸਵੀਰਾਂ ਕਿਉਂ ਨਹੀਂ ਦਿਖਾ ਰਹੇ, ਉਹ ਕਹਿੰਦੇ ਅਸੀਂ ਇਸ ਕਰਕੇ ਨਹੀਂ ਦਿਖਾ ਰਹੇ ਕਿ ਇਹਦੇ ਨਾਲ ਸਾਰਾ ਕੁਝ ਸਮਾਜ ਦੇ ਅੰਦਰ ਗਲਤ ਪਰੰਪਰਾ ਪੈਣੀ ਹੈ, ਗਲਤ ਪੈਣੀ ਹੈ। ਤੇ ਮੈਂ ਇਹ ਸਮਝਦਾ ਵੀ ਜੇ ਟੀਵੀ ਚੈਨਲਾਂ ਵਾਲੇ ਸਾਫ਼ ਨਹੀਂ ਦਿਖਾ ਰਹੇ ਸੀ, ਤਾਂ ਇਹ ਸਮਾਜ ਲਈ ਕਿਸ ਤਰ੍ਹਾਂ ਦਾ ਧੱਬਾ, ਲੋਕਤੰਤਰ ਤੇ ਕਾਲਾ ਧੱਬਾ ਹੈ, ਸਾਡੇ ਲੋਕਤੰਤਰ ਤੇ ਕੁਐਸਚਨ ਮਾਰਕ ਹੈ। ਜੀ ਇਸ ਲਈ ਜਿਹੜੇ ਵੀ ਲੋਕ ਇਹਦੇ ਪਿੱਛੇ ਨੇ, ਆਹ ਫੋਟੋ ਦਾ ਕੋਈ ਫਰਕ ਨਹੀਂ ਪੈਂਦਾ, ਫੋਟੋ ਤਾਂ 6 ਮਹੀਨੇ ਪਹਿਲਾਂ ਦੀ ਹੈ। ਮੰਤਰੀ ਜੀ ਨਾਲ ਬਥੇਰੇ ਲੋਕ ਫੋਟੋ ਉਤਰਵਾ ਕੇ ਜਾਂਦੇ ਆ, ਸਾਰੇ ਕਿਸਾਨ ਮੋਰਚਿਆਂ ਦੀ ਫੋਟੋ ਸਾਡੇ ਨਾਲ ਹੈਗੀ ਆ, ਸਾਰੇ ਲੀਡਰਾਂ ਨਾਲ ਹੀ ਆ, ਸਭ ਨੂੰ ਮਿਲੇ ਨੇ। ਇਸ ਕਰਕੇ ਕੋਈ ਫਰਕ ਨਹੀਂ ਪੈਂਦਾ, ਉਹ ਸਾਡੀ ਕੋਈ ਗੱਲ ਮੰਨਦੇ ਥੋੜਾ ਨੇ, ਠੀਕ ਹੈ ਨਾ ਗੱਲ। ਇਸ ਕਰਕੇ ਇਹਦੀ ਵੀ ਜਾਂਚ ਕਰ ਲੈਣੀ ਚਾਹੀਦੀ, ਸਾਨੂੰ ਕੋਈ ਦਿੱਕਤ ਨਹੀਂ ਹੋਵੇਗੀ। ਜੀ, ਪਰ ਜਿਹੜੇ ਪਿੰਕੀ ਜੀ, ਉਹ ਸ਼ਾਇਦ ਕਹਿ ਰਹੇ ਨੇ ਕਿ ਇਹ ਅਗਸਤ ਦੀ ਕਹਿ ਰਹੇ ਫੋਟੋ, ਸ਼ਾਇਦ ਤੁਹਾਡੇ ਧਿਆਨ ਤੋਂ ਹੋਵੇ ਤਾਂ, ਕਹਿੰਦੇ ਅਗਸਤ ਦੇ ਨਹੀਂ, ਵਿੱਚ ਤੁਸੀਂ ਅਗਸਤ ਦੀ ਮਿਲੇ। ਆ, ਉਹ ਤਾਂ ਵੀਡੀਓ ਵਾਲੇ ਜਿਹਨੇ ਖਬਰ ਬਣਾਈ ਆ, ਟ੍ਰਿਬਿਊਨ ਵਾਲੇ ਨੇ, ਪੱਤਰਕਾਰ ਨੇ, ਉਹਨੇ ਵੀ ਇਹੀ ਕਿਹਾ ਜੀ। ਕਿ 6 ਮਹੀਨੇ ਪਹਿਲਾਂ ਦੀ ਫੋਟੋ ਆ। ਤੇ ਇੱਕ ਗਰੇਵਾਲ ਸਾਹਿਬ, ਹੋਰ ਚੀਜ਼ ਹੈ ਕਿ ਜਿਹੜੇ ਇਹ ਬਾਬਾ ਅਮਰਨਾਥ ਨਿਹੰਗ ਸਿੰਘ, ਤਾਂ ਇਹ ਕਹਿ ਰਹੇ ਨੇ ਕਿ 10 ਲੱਖ ਰੁਪਏ ਆਫਰ ਕੀਤਾ ਸੀਗਾ ਵੀ ਕਿ ਤੁਸੀਂ ਇੱਥੋਂ ਖਾਲੀ ਕਰ ਦਿਓ ਸਿੰਘੂ ਬਾਰਡਰ ਤੁਹਾਡੀ ਸਾਈਡ ਤੋਂ। ਕਿਹਨੇ ਅਸੀਂ ਆਫਰ ਕੀਤਾ ਸੀ? ਹਾਂ, ਤੁਹਾਡੀ ਸਾਈਡ ਤੋਂ ਆਫਰ ਕੀਤਾ ਗਿਆ ਸੀਗਾ। ਨਹੀਂ, ਕਿਸੇ ਨੇ ਵੀ 5 ਪੈਸੇ ਨਹੀਂ ਆਫਰ ਕੀਤੇ, ਜੇ ਉਹਨਾਂ ਕੋਲ ਕੋਈ ਸਬੂਤ ਆ ਦੇਣ ਇਦਾਂ ਦੀਆਂ ਗੱਲਾਂ ਨਾ ਕਰਨ। ਅੱਛਾ ਜੀ, ਮੈਂ ਤੁਹਾਨੂੰ ਇੱਕ ਹੋਰ ਦੱਸਾਂ, ਹਾਂ ਇਹ ਸਭ ਝੂਠ ਆ, ਲੋਕਾਂ ਨੂੰ ਗਲਤ ਉਹਦੇ ਚ ਪਾਉਣ ਦਾ। ਅਸੀਂ ਅਸੀਂ ਉੱਥੋਂ ਸਾਈਟ ਖਾਲੀ ਕਰਾਉਣ ਲਈ ਕਿਉਂ ਇਦਾਂ ਦੀਆਂ ਗੱਲਾਂ ਕਰਾਂਗੇ ਜੀ? ਇਹ ਤਾਂ ਕਿਸਾਨ ਆਗੂਆਂ ਦਾ ਘਰ ਆ, ਉਹ ਉੱਥੋਂ ਉਹ ਅੰਦੋਲਨ ਚਲਾ ਰਹੇ ਆ, ਉਹਨਾਂ ਦਾ ਸਥਾਨ ਆ, ਉਹਨਾਂ ਦਾ ਅੰਦੋਲਨ ਆ, ਉਹ ਜਵਾਬ ਦੇ ਰਹੇ ਉਹਦੇ ਲਈ ਜਾਂ ਬੀਜੇਪੀ ਜਿਹੜੀ ਆ, ਠੀਕ ਹੈ ਨਾ ਗੱਲ। ਜੀ, ਅੱਛਾ ਇੱਕ ਚੀਜ਼ ਹੋਰ ਆ ਗਰੇਵਾਲ ਸਾਹਿਬ, ਕਿ ਫੋਟੋਜ਼ ਵਾਇਰਲ ਹੁੰਦੀਆਂ ਕੋਈ ਗੱਲ ਨਹੀਂ, ਚਲੋ ਅੱਗੇ ਪਿੱਛੇ ਸਭ ਦੀਆਂ ਫੋਟੋਜ਼ ਵਾਇਰਲ ਹੁੰਦੀਆਂ ਨੇ, ਪਰ ਸਮੇਂ ਨੂੰ ਲੈ ਕੇ ਜ਼ਰੂਰ ਸਵਾਲ ਉੱਠ ਰਿਹਾ ਕਿ ਉਸ ਵੇਲੇ ਸਮੇਂ ਤੇ ਫੋਟੋਜ਼ ਵਾਇਰਲ ਹੁੰਦੀਆਂ ਨੇ ਜਦੋਂ। ਕਿਸੇ ਨੇ ਬੀਜੇਪੀ ਦਾ ਇਮੇਜ ਖਰਾਬ ਕਰਨ ਦੇ ਲਈ ਕਰਵਾਈ ਆ, ਤੇ ਇਹ ਜਿਹੜੇ ਲੋਕਾਂ ਨੇ ਕ੍ਰਾਈਮ ਕੀਤਾ ਉਹਨਾਂ ਨੂੰ ਬਚਾਉਣ ਵਾਸਤੇ ਕੀਤੀ ਗਈ ਆ, ਠੀਕ ਹੈ। ਅੱਛਾ ਜੀ, ਪਰ ਇਹ ਹੈ ਕਿ ਕੁਝ ਲੋਕ ਤਾਂ ਇਹ ਵੀ ਕਹਿ ਰਹੇ ਨੇ, ਕਹਿੰਦੇ ਕਿ ਇਹ ਭਾਜਪਾ ਦੇ ਆਈਟੀ ਸੈੱਲ ਨੇ ਜਾਂ ਭਾਜਪਾ ਵਾਲੇ ਨੇ ਉਸ ਵੇਲੇ ਫੋਟੋਜ਼ ਜਿਹੜੀਆਂ ਨੇ ਇਹ ਵਾਇਰਲ ਕੀਤੀਆਂ ਨੇ, ਤਾਂ ਜੋ ਜਿਹੜਾ ਲਖੀਮਪੁਰ ਖੀਰੀ ਵਾਲਾ ਮਾਮਲਾ ਉਹ ਫਿੱਕਾ ਪੈ ਜਾਏ। ਲਖੀਮਪੁਰ ਖੀਰੀ ਦਾ ਇਹਦੇ ਨਾਲ ਕੀ ਮਤਲਬ ਆ ਜੀ? ਉੱਥੇ ਵੀ ਇਹਨਾਂ ਨੇ ਕ੍ਰਿਮੀਨਲ ਐਕਟ ਕੀਤਾ ਹੈਗਾ, ਜਿਹੜਾ ਬੀਜੇਪੀ ਦਾ ਵਰਕਰ ਨੇ, ਉਹਨਾਂ ਨੂੰ ਤਾਲੀਬਾਨੀ ਤਰੀਕੇ ਨਾਲ ਹੱਤਿਆ ਕੀਤੀ ਗਈ ਆ, ਉਸ ਦੀ ਵੀ ਸਜ਼ਾ ਮਿਲਣੀ ਚਾਹੀਦੀ ਆ ਉਹਨਾਂ ਲੋਕਾਂ ਨੂੰ ਵੀ, ਤੇ ਜਿਨ੍ਹਾਂ ਨੇ ਗੱਡੀ ਚੜਾਈ ਆ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਆ। ਜੀ, ਅੱਛਾ ਇੱਕ ਚੀਜ਼, ਮੇਰਾ ਇੱਕ ਸਵਾਲ ਹੋਰ ਆ ਜੀ, ਅਖੀਰਲਾ ਸਵਾਲ ਆ, ਕਿ ਇਹ ਵੀ ਕੁਝ ਲੋਕ ਸਵਾਲ ਕਰ ਰਹੇ ਕਿ ਕਿਸਾਨਾਂ ਦੇ ਨਾਲ, ਕਿਸਾਨ ਜਥੇਬੰਦੀਆਂ ਦੇ ਨਾਲ ਤਾਂ ਸਰਕਾਰ ਮੀਟਿੰਗ ਨਹੀਂ ਕਰ ਰਹੀ, ਪਰ ਜਿਹੜੇ ਜਰਾਇਮ ਪਿੱਛੇ ਦੇ ਲੋਕ ਆ ਜਿਨ੍ਹਾਂ ਤੇ ਇਲਜ਼ਾਮ ਲੱਗੇ ਹੋਏ ਨੇ, ਉਹਨਾਂ ਦੇ ਨਾਲ ਮੀਟਿੰਗਾਂ ਹੋ ਰਹੀਆਂ, ਬੇਸ਼ੱਕ ਖੇਤੀਬਾੜੀ ਮੰਤਰੀ ਹੋ ਰਹੇ ਆ, ਤੁਹਾਡੀਆਂ ਹੋ ਰਹੀਆਂ ਨੇ ਜਾਂ ਹੋਰ ਲੋਕਾਂ ਦੀਆਂ ਹੋ ਰਹੀਆਂ ਨੇ, ਕਹਿੰਦੇ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਕਿਸਾਨ ਆਗੂਆਂ ਨੂੰ? ਇਸ ਤਰ੍ਹਾਂ 11 ਵਾਰ 50-60 ਘੰਟੇ ਕਿਸਾਨ ਲੀਡਰਾਂ ਨਾਲ ਬੈਠੇ ਆ, ਇਹ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਦਾ ਅੰਦੋਲਨ ਆ, ਇਹ ਜਥੇਬੰਦੀਆਂ ਦਾ ਅੰਦੋਲਨ ਆ, ਇਸ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਕ੍ਰਿਮੀਨਲ ਉਹਨਾਂ ਦੇ ਵਿੱਚ ਨਾ ਆਉਣ। ਅਸੀਂ ਉਹਨਾਂ ਦੇ ਘਰ ਜਾ ਕੇ ਕੋਈ ਕੁਛ ਗੱਲ ਕਰਵਾ ਰਹੇ ਹਾਂ, ਅਸੀਂ ਉਹਨਾਂ ਦੇ ਅੰਦੋਲਨ 'ਚ ਆ ਰਹੇ ਹਾਂ, ਤੇ ਇਸ ਲਈ ਇਹ ਸਾਰੀ ਉਹਨਾਂ ਦੀ ਜ਼ਿੰਮੇਵਾਰੀ ਹੈ, ਔਰ ਸਭ ਨੂੰ ਮਿਲਦੇ ਆ। ਸਾਡੇ ਮਿਨਿਸਟਰ ਨੇ ਨਰਿੰਦਰ ਸਿੰਘ ਤੋਮਰ ਜੀ, ਕਿਸਾਨ ਇਸ ਦੀ ਕੋਈ ਵੀ ਗੱਲ ਕਰਨ ਜਾਂਦਾ, ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਗਏ ਨੇ, ਬਾਕੀ ਸਾਰੇ ਗਏ ਨੇ, ਜਾਦੂਗਲ ਜੀ ਗਏ ਨੇ, ਹੋਰ ਜਿੰਨੇ ਲੋਕ ਗਏ ਨੇ, ਸਾਰੇ ਧਾਰਮਿਕ ਲੋਕਾਂ ਨੂੰ ਵੀ ਮਿਲੇ ਨੇ, ਰਾਜਸੀ ਲੋਕਾਂ ਨੂੰ ਵੀ ਮਿਲੇ ਨੇ, ਤੁਹਾਡੇ ਆ ਬਿੱਟੂ ਹੋਣੀ ਜਿਹੜੇ MP ਨੇ, ਜਿਹੜੇ ਬਾਕੀ ਨੇ, ਇਹ ਵੀ ਜਾ ਕੇ ਸਾਡੇ ਲੀਡਰਾਂ ਨੂੰ ਮਿਲੇ ਆ ਇਸ ਸਿਲਸਿਲੇ 'ਚ, ਤਾਂ ਕੀ ਅਸੀਂ ਉਹਨਾਂ ਨਾਲ ਵੀ ਮਿਲੇ ਹੋਏ ਆ ਜਾਂ ਉਹ ਸਾਡੇ ਨਾਲ ਮਿਲੇ ਹੋਏ ਆ? ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਨਹੀਂ, ਬਟ ਇਹ ਹੈ ਕਿ ਜਦੋਂ ਕੋਈ ਅੰਦੋਲਨ ਚੱਲਦਾ, ਤੁਹਾਡੀ ਪਾਰਟੀ ਨੇ ਵੀ ਜਦੋਂ, ਚਲੋ ਹੁਣ ਤੁਸੀਂ ਸੱਤਾ 'ਚ, ਇਸ ਤੋਂ ਪਹਿਲਾਂ ਤੁਸੀਂ ਵੀ ਪ੍ਰੋਟੈਸਟ ਕੀਤੇ ਹੋਣਗੇ, ਪ੍ਰੋਟੈਸਟ ਕਰਨ ਵਾਲੇ ਇਹ ਤਾਂ ਨਹੀਂ ਸੋਚਦੇ ਕਿ ਅਸੀਂ, ਸਾਡਾ ਪ੍ਰੋਟੈਸਟ ਖਰਾਬ ਹੋਵੇ, ਸਾਡਾ ਨਾਮ ਖਰਾਬ ਹੋਵੇ, ਹੋ ਸਕਦਾ ਕਿ ਕਿਸੇ ਹੋਰ ਸ਼ਰਾਰਤੀ ਲੋਕਾਂ ਨੇ ਇਹਦੇ ਵਿੱਚ ਬੰਦੇ ਸ਼ਾਮਿਲ ਕਰਤੇ ਹੋਣ। ਇਹ ਜਾਂਚ ਦਾ ਵਿਸ਼ੇ ਜਾਂਚ ਹੋਣਾ ਚਾਹੀਦੀ ਹੈ। ਜਿਹੜੇ ਉਹ ਪਿੰਕੀ ਕੈਟ ਆ, ਉਹ ਸਰਕਾਰ ਦਾ ਬੰਦਾ, ਪੰਜਾਬ ਪੁਲਿਸ ਦਾ ਬੰਦਾ, ਉਹ ਪੰਜਾਬ ਪੁਲਿਸ ਦੇ ਹੋਰ ਅਫਸਰ ਵੀ ਇਨਵੋਲਵ ਰਹੇ ਨੇ, ਉਹ ਜਿਹੜੇ ਹੋਮ ਮਿਨਿਸਟਰ ਹੁਣ ਗੱਲਾਂ ਕਰਦੇ, ਰੰਧਾਵਾ ਸਾਹਿਬ, ਜਾਂਚ ਉਹਨਾਂ ਨੇ ਸ਼ੁਰੂ ਕਰਵਾਈ ਆ, ਤੇ ਉਹ ਉਸੇ ਨੂੰ ਆਪਣੇ ਆਪਣੇ ਅਫਸਰ ਨੂੰ ਬੁਲਾ ਕੇ ਪੁੱਛ ਲੈਣਾ, ਉਹਨਾਂ ਦਾ ਇੰਸਪੈਕਟਰ ਸੀ ਉਹਨੂੰ ਬੁਲਾ ਕੇ ਪੁੱਛ ਲੈਣ ਕਿ ਭਾਈ ਸਾਹਿਬ ਕੀ ਗੱਲ ਹੈ ਇਹਦੇ 'ਚ, ਕੀ ਤੁਹਾਡੀ ਇਨਵੋਲਵਮੈਂਟ ਹੈ, ਪੁੱਛ ਸਕਦੇ ਆ ਨਾ।
ਉਹਨਾਂ ਨੂੰ ਆਪਣੀ ਡਿਊਟੀ ਕਰਨੀ ਚਾਹੀਦੀ ਹੈ, ਨਾ ਕਿ ਸਾਡੇ ਵੱਲ ਉਂਗਲਾਂ ਕਰਨੀਆਂ ਚਾਹੀਦੀਆਂ। ਠੀਕ ਹੈ, ਮਤਲਬ ਤੁਹਾਨੂੰ ਕੀ ਲੱਗਦਾ ਕਿ ਮਤਲਬ ਪੰਜਾਬ ਸਰਕਾਰ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਇਸ ਮਸਲੇ ਨੂੰ ਲੈ ਕੇ? ਅਰੇ ਬਈ ਉਹਨਾਂ ਦਾ ਬੰਦਾ ਜੱਗ ਜਾਹਿਰ ਹੈ, ਮੈਂ ਕਹਿ ਰਿਹਾ ਉਹ ਕਹਿਤਾ ਪੰਜਾਬ ਪੁਲਿਸ ਦਾ ਜੀ, ਪਰ ਉਹਨਾਂ ਨੇ ਪ੍ਰਮੋਸ਼ਨਾਂ ਦਿੱਤੀਆਂ ਨੇ। ਫੋਟੋਜ਼ ਤਾਂ ਤੁਹਾਡੇ ਨਾਲ ਵੀ ਵਾਇਰਲ ਹੋਣਗੇ ਜਾਂ ਹੋਰ ਲੋਕਾਂ ਨਾਲ ਵੀ ਵਾਇਰਲ ਹੋਣਗੇ ਨੇ, ਕਹਿੰਦੇ ਕਿ ਭਾਜਪਾ ਦਾ ਬੰਦਾ, ਇਹ ਵੀ ਤਾਂ ਕਹਿੰਦੇ ਨੇ ਨਾ ਲੋਕ। ਅਰੇ ਫੋਟੋ ਦੀ ਕੋਈ ਗੱਲ ਨੀ, ਫੋਟੋ ਤਾਂ ਰਾਜੇਵਾਲ ਦੀਆਂ ਵੀ ਸਾਡੇ ਨਾਲ ਨੇ, ਉਹ ਸਾਡੀ ਗੱਲ ਮੰਨਦਾ, ਡੱਲੇਵਾਲ ਦੀਆਂ ਨੇ, ਗੁਰਾਹਾਂ ਦੀਆਂ ਨੇ, ਉਹ ਮੰਨਦੇ ਆ।